ਐਦਾਂ ਦਾ ਚੋਰ ਪ੍ਰਵਾਸੀ ਆ? ਪ੍ਰਵਾਸੀ ਤੂੰ ਕਿੱਥੋਂ ਦਾ? ਪੰਜਾਬੀ ਆ ਪ੍ਰਵਾਸੀ ਆ? ਚੋਰੀ ਕਰਦਾ ਸਾਰਾ ਚੋਰ, ਆਹ ਦੇਖੋ ਚੋਰ ਦੇ ਪੈਂਦੇ ਆ ਸਾਰਾ, ਕਿੰਨੀਆਂ ਚੋਰੀ ਕਰਦਾ ਏ ਦੋਨਾਂ ਨੂੰ। ਚੋਰ ਫੜਿਆ ਗਿਆ ਜੀ, ਚੋਰ ਆ, ਚੋਰ ਫੜਿਆ, ਸ਼ਕਲ ਦੇਖ ਲਓ, ਗਾਹ ਵਾਸਤੇ ਕਿਤੇ ਦੁਕਾਨ ਤੇ ਵੜਦਾ ਤੇ ਚੋਰੀ ਕਰਦਾ ਬੰਦਾ, ਤੇ ਦੇਖੋ ਚੋਰ ਸਾਲਾ ਫੜਿਆ ਗਿਆ ਏਦਾਂ ਦੇ। ਕੀ ਬਾਈ ਬਾਬੇ ਕੀ ਕਰਦਾ ਜੀ ਇਹ? ਤਿੰਨ ਸਾਲ ਰੋਜ਼ ਕਰਦਾ ਸੀਗਾ। ਅੱਛਾ ਜੀ, ਅੱਛਾ ਜੀ, ਅੱਜ ਚੋਰ ਕਹਿੰਦੇ ਚੋਰਾਂ ਦੇ ਨਾ ਕਹਿੰਦੇ ਖਾਂਦੇ ਨਾ, ਦੇਖੋ ਇਹਨਾਂ ਦੇ ਪੈਂਦੀਆਂ, ਦੇਖੋ ਆਹ ਦੇਖੋ ਕਿੱਦਾਂ ਪੈਂਦੀਆਂ ਚੋਰਾਂ ਦੇ, ਕਹਿੰਦੇ ਖਾਂਦੇ ਨਾ ਦੇਖੋ ਪੈਂਦੀਆਂ, ਦੇਖੋ ਏਟੀਐਮ ਸਾਲਿਆ ਤੂੰ ਚੋਰੀਆਂ ਕਰ, ਤੂੰ ਮੰਗ ਕੇ ਲੈ ਜਾ। ਉਹ ਗੁਰਸਿੱਖ ਬੰਦੇ ਆ, ਉਦਾਂ ਵੀ ਦੇ ਸਕਦੇ ਆ, ਦਾਨੀ ਹੁੰਦੇ ਆ। ਆ ਦੇਖ ਲਓ ਬਾਈ ਜੀ, ਚੋਰ ਫੜਿਆ ਹੋਇਆ ਕਿਹੜੇ ਇਲਾਕੇ? ਵਸਤੀ ਜੋਤ ਦੇ ਆ। ਚੋਰ ਫੜਿਆ ਗਿਆ ਜੋਧੇਵਾਲ ਵਸਤੀ, ਘਿਓ ਚੋਰੀ ਕਰਦਾ, ਘਿਓ ਚੋਰੀ ਕਰਦਾ ਸਾਲਾ, ਤੈਨੂੰ ਸ਼ਰਮ ਕਰ ਭੋਰਾ, ਹੁਣ ਜੁੱਤੀਆਂ ਪੈਂਦੀਆਂ ਨੇ, ਜੇ ਨਹੀਂ ਸੀ ਪੈਸੇ ਤਾਂ ਹੈ ਕਿੱਥੋਂ ਦਾ ਹੈਗਾ? ਬੋਲ ਕਿੱਥੋਂ ਦਾ ਪੁੱਤ? ਇੱਥੋਂ ਦਾ ਕਿੱਥੋਂ ਦਾ? ਪੰਜਾਬੀ ਆ ਤੇ ਪ੍ਰਦੇਸੀ ਆ? ਪੰਜਾਬੀ ਯਾਰ, ਪੰਜਾਬੀਆਂ ਨੂੰ ਤੂੰ ਦਾਗ ਲਾ ਰਿਹਾ ਯਾਰ, ਦੱਸ ਯਾਰ, ਇੱਦਾਂ ਦੇ ਕੰਮ ਨਾ ਕਰ। ਆ ਦੇਖ ਲਓ ਜੀ, ਚੋਰ ਫੜਿਆ ਗਿਆ ਹੈਗਾ, ਤੇ ਆ ਬਾਈ ਫੜੇ ਹੋਏ ਆ ਸਾਰੇ, ਤੇ ਫੜੀ ਬਾਈ ਬੜਾਈ ਮਾਰੀ ਜੀ, ਬੋਲ ਵੀਡੀਓ ਕਰੀਏ, ਮੈਨੂੰ ਪੁੱਛਾ ਮਾਰੇ ਚੋਰੀ ਕਰਦਾ ਸੀਗਾ। ਚੋਰਾਂ ਦੇ ਕਹਿੰਦੇ ਵਾਕੇ ਕਹਿੰਦੇ ਪੈਂਦੀਆਂ ਦੇਖੋ, ਖਾਂਦੇ ਨਾ ਦੇਖੋ ਪੈਂਦੀਆਂ, ਦੇਖੋ ਇਹ ਸਾਰੇ ਪੈਂਦੀਆਂ ਨੇ, ਬੰਨਿਆ ਹੋਣੇ ਨੂੰ ਚੋਰ ਨੂੰ ਗਾਹ ਵਾਸਤੇ ਸਾਰੇ ਮੇਰੇ ਵੀਰ ਹੈਗੇ ਆ। ਹੋਰ ਬਾਬਾ ਜੀ ਕੋਈ ਬੋਲਣਾ ਚਾਹੁੰਦੇ ਹੋ? ਤੇ ਚੈਨਲ ਤੇ ਚੱਲਣੀ ਜੀ, ਹਾਂ ਕੀ ਬੋਲਣਾ ਚਾਹੁੰਦੇ ਤੁਸੀਂ? ਅੱਛਾ ਜੀ, ਠੀਕ ਆ ਜੀ, ਤੁਸੀਂ ਬਾਈ ਜੀ ਕੁਛ ਬੋਲੋ, ਇਹ ਚੈਨਲ ਤੇ ਚੱਲਣੀ ਹੈ, ਦਿਓ ਜੀ ਬਿਆਨ ਮਾੜੇ। ਅੱਛਾ 70 ਰੁਪਏ ਗਏ, ਚੋਰੀ ਰੋਜ਼ ਕਰਦਾ ਜੀ? ਅੱਛਾ ਜੀ, ਅੱਜ ਪਹਿਲੀ ਵਾਰੀ ਕੀਤੀ ਆ? ਆ ਦੇਖੋ ਜੀ, ਦੋ ਡੱਬੇ ਮੰਨ ਗਿਆ, ਕੱਲ ਦੋ ਡੱਬੇ ਲੈ ਗਿਆ ਸੀਗਾ, ਅੱਜ ਵੀ ਦੋ ਡੱਬੇ। ਕਿੰਨਾ ਚਿਰ ਹੋ ਗਿਆ ਕਰਦਿਆਂ ਨੂੰ? ਪਰਸੋਂ ਰਾਤ ਵੀ ਆਇਆ, ਦੇਖੋ ਜੀ ਚੋਰ। ਦੇਸੀ ਘਿਓ ਚੋਰੀ ਕਰਦੇ ਚੋਰ ਨੂੰ ਲੋਕਾਂ ਨੇ ਰੰਗੇ ਹੱਥੀ ਕਾਬੂ ਕੀਤਾ ਤੇ ਜੰਮ ਕੇ ਛਿੱਤਰ ਪਰੇਡ ਕੀਤੀ ਹੈ, ਜਿਸ ਤੋਂ ਬਾਅਦ ਚੋਰ ਨੇ ਮੰਨਿਆ ਕਿ ਉਸਨੇ ਦੇਸੀ ਘਿਓ ਚੋਰੀ ਕੀਤਾ ਸੀ ਤੇ ਬੀਤੇ ਦਿਨ ਵੀ ਉਹ ਦੋ ਡੱਬੇ ਦੇਸੀ ਘਿਓ ਦੇ ਇਸੇ ਦੁਕਾਨ ਤੋਂ ਚੋਰੀ ਕਰਕੇ ਫਰਾਰ ਹੋਇਆ ਸੀ ਤੇ ਹੁਣ ਇੱਕ ਵਾਰ ਫੇਰ ਇਸ ਵੱਲੋਂ ਉਸੇ ਦੁਕਾਨ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਪਰ ਇਹ ਚੋਰ ਲੋਕਾਂ ਨੇ ਫੜ ਲਿਆ। ਲੋਕਾਂ ਨੇ ਦੁਕਾਨ ਦੇ ਪਿੱਲਰ ਦੇ ਨਾਲ ਇਸ ਨੂੰ ਬੰਨ ਲਿਆ ਤੇ ਜੰਮ ਕੇ ਥੱਪੜਾਂ ਦੀ ਬਰਸਾਤ ਕੀਤੀ। ਮਾਮਲਾ ਲੁਧਿਆਣਾ ਦੀ ਜੋਧੇਵਾਲ ਬਸਤੀ ਤੋਂ ਸਾਹਮਣੇ ਆਇਆ।